ਕਿਹਾ ਕਿ ਮੈਨੂੰ ਅਸਤੀਫੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਕੋਈ ਨਾਰਾਜ਼ਗੀ ਹੋਈ ਤਾਂ ਸਿੱਧੂ ਦੇ ਨਾਲ ਗੱਲਬਾਤ ਕਰਾਂਗੇ। ਕੈਪਟਨ ਦੇ ਦਿੱਲੀ ਦੌਰੇ ਉੱਤੇ ਚਰਨਜੀਤ ਚੰਨੀ ਨੇ ਕਿਹਾ ਕਿ ਕੈਪਟਨ ਦਿੱਲੀ ਗਏ ਨੇ ਤਾਂ ਪੰਜਾਬ ਦੇ ਭਲੇ ਦੀ ਗੱਲ ਕਰਕੇ ਹੀ ਆਉਣਗੇ। ਯਾਨੀ ਕਿ ਚਰਨਜੀਤ ਚੰਨੀ ਫਿਲਹਾਲ ਇਸ ਵੇਲੇ ਹਨੇਰੇ ਦੇ ਵਿੱਚ ਵਿਖਾਈ ਦੇ ਰਹੇ ਨੇ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿਉਂਕਿ ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਬਾਰੇ ਉਹਨਾਂ ਦੇ ਕੋਲ ਕੋਈ ਜਾਣਕਾਰੀ ਨਹੀਂ ਸੀ ਤੇ ਕੈਪਟਨ ਦੇ ਦੌਰੇ ਬਾਰੇ ਉਹ ਦੱਸ ਰਹੇ ਨੇ ਕਿ ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ਬਾਰੇ ਗੱਲ ਉਹ ਦਿੱਲੀ ਜਾ ਕੇ ਕਰਨਗੇ। ਇਹਨਾਂ ਦੋਹਾਂ ਹੀ ਗੱਲਾਂ ਦੇ ਵਿੱਚ ਵਜਨ ਸਮਝਣਾ ਬੇਹੱਦ ਜ਼ਰੂਰੀ ਹੈ। ਇੱਕ ਪਾਸੇ ਨਵਜੋਤ ਸਿੰਘ ਸਿੱਧੂ ਚਰਨਜੀਤ ਚੰਨੀ ਨਾਲ ਗੱਲਬਾਤ ਕੀਤੇ ਬਿਨਾਂ ਆਪਣਾ ਅਸਤੀਫਾ ਸਿੱਧਾ ਟਵਿੱਟਰ ਦੇ ਉੱਪਰ ਪਬਲਿਸ਼ ਕਰਦੇ ਨੇ ਅਤੇ ਟਵਿੱਟਰ ਦੇ ਰਾਹੀਂ ਸਾਰਿਆਂ ਨੂੰ ਪਤਾ ਚੱਲਦਾ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਦੇ ਪ੍ਰਧਾਨ ਵਜੋਂ ਆਪਣਾ ਅਸਤੀਫਾ ਦੇ ਦਿੱਤਾ। ਚਰਨਜੀਤ ਚੰਨੀ ਵਾਰ ਵਾਰ ਪ੍ਰੈਸ ਕਾਨਫਰੰਸ ਦੇ ਵਿੱਚ ਕਹਿੰਦੇ ਰਹੇ ਕਿ ਸਾਡੇ ਉਹ ਪ੍ਰਧਾਨ ਸਾਹਿਬ ਨੇ ਸਾਡੇ ਉਹ ਪ੍ਰਧਾਨ ਸਾਹਿਬ ਨੇ ਸਵਾਲ ਜਦ ਉਹਨਾਂ ਕੋਲੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਮੈਨੂੰ ਹਾਲੇ ਇਸ ਡਿਵੈਲਪਮੈਂਟ ਬਾਰੇ ਨਹੀਂ ਪਤਾ, ਕੋਈ ਨਾਰਾਜ਼ਗੀ ਕੋਈ ਗਿਲਾ ਸ਼ਿਕਵਾ ਹੋਏਗਾ ਤਾਂ ਸਿੱਧੂ ਸਾਹਿਬ ਦੇ ਨਾਲ ਬੈਠ ਕੇ ਦੂਰ ਕਰ ਲਾਂਗੇ। ਪਰ ਨਵਜੋਤ ਸਿੰਘ ਸਿੱਧੂ ਕਿੱਥੇ ਸੁਣਨ ਵਾਲੇ ਨੇ ਕਿਸੇ ਦੀ। ਨਵਜੋਤ ਸਿੰਘ ਸਿੱਧੂ ਦੀ ਜਿਹੜੀ ਤਾਸੀਰ ਸਮਝੀ ਜਾਂਦੀ ਹੈ ਉਹ ਹਮੇਸ਼ਾ ਗਰਮ ਸੁਭਾਅ ਦੇ ਸਮਝੇ ਜਾਂਦੇ ਨੇ ਅਤੇ ਇਹੀ ਉਹ ਗਰਮ ਸੁਭਾਅ ਵੇਖਣ ਨੂੰ ਮਿਲਿਆ ਸੀ ਜਦੋਂ ਡਿਪਟੀ ਮੁੱਖ ਮੰਤਰੀ ਬਣਾਉਣਾ ਸੀ ਤਾਂ ਡਿਪਟੀ ਮੁੱਖ ਮੰਤਰੀ ਦਾ ਨਾਮ ਐਨ ਮੌਕੇ 'ਤੇ ਚੇਂਜ ਕਰਵਾਇਆ ਗਿਆ। ਉਦੋਂ ਵੀ ਕਿਆ ਸਰਾਈਆਂ ਇਹੀ ਲੱਗੀਆਂ, ਗੱਲਬਾਤ ਇਹੀ ਨਿਕਲ ਕੇ ਸਾਹਮਣੇ ਆਈ ਕਿ ਸਿੱਧੂ ਦੇ ਕਹਿਣ 'ਤੇ ਹੀ ਡਿਪਟੀ ਸੀਐਮ ਓਪੀ ਸੋਨੀ ਨੂੰ ਬਣਾਇਆ ਗਿਆ, ਜਦਕਿ ਉਸ ਤੋਂ ਪਹਿਲਾਂ ਨਾਮ ਕੋਈ ਹੋਰ ਚੱਲ ਰਿਹਾ ਸੀ, ਬ੍ਰਹਮਿੰਦਰਾ ਦਾ ਨਾਮ ਚੱਲ ਰਿਹਾ ਸੀ। ਪਰ ਐਨ ਮੌਕੇ ਦੇ ਉੱਪਰ ਬਾਜੀ ਪਲਟ ਦਿੱਤੀ ਨਵਜੋਤ ਸਿੰਘ ਸਿੱਧੂ ਨੇ। ਹੁਣ ਜਦ ਕੈਬਨਿਟ ਵਿਸਥਾਰ ਹੋਇਆ ਤਾਂ ਕੈਬਨਿਟ ਵਿਸਥਾਰ ਦੇ ਵਿੱਚ ਦੱਸਿਆ ਜਾ ਰਿਹਾ ਕਿ ਕੈਬਨਿਟ ਦੇ ਵਿੱਚ ਜਿਹੜੇ ਬੰਦੇ ਰੱਖੇ ਗਏ, ਜਿਹੜੇ ਵਿਧਾਇਕਾਂ ਨੂੰ ਮੰਤਰੀ ਬਣਾਇਆ ਗਿਆ, ਨਵਜੋਤ ਸਿੰਘ ਸਿੱਧੂ ਦੀ ਮਰਜ਼ੀ ਤੋਂ ਉਲਟ ਇਹ ਨਾਮ ਵੇਖਣ ਨੂੰ ਮਿਲੇ। ਕੁਝ ਨਾਵਾਂ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੂੰ ਪਰੇਸ਼ਾਨੀ ਸੀ, ਉਹਨਾਂ ਨੂੰ ਉਹ ਮੰਤਰੀ ਨਹੀਂ ਸੀ ਬਣਾਉਣਾ ਚਾਹੁੰਦੇ। ਇਸ ਕਰਕੇ ਨਾਰਾਜ਼ਗੀ ਦਾ ਜਿਹੜਾ ਉਬਾਲ ਹੈ ਉਹ ਅੱਜ ਜੁਆਲਾਮੁਖੀ ਬਣ ਕੇ ਬਾਹਰ ਆਇਆ। ਜੀ ਹਾਂ, ਇਹ ਜੁਆਲਾਮੁਖੀ ਇਸ ਢੰਗ ਨਾਲ ਫਟਿਆ ਕਿ ਨਵਜੋਤ ਸਿੰਘ ਸਿੱਧੂ ਨੇ ਪ੍ਰਧਾਨਗੀ ਅਹੁਦੇ ਤੋਂ ਆਪਣਾ ਅਸਤੀਫਾ ਹੀ ਦੇ ਦਿੱਤਾ। ਯਾਨੀ ਕਿ ਹੁਣ ਕਾਂਗਰਸ ਦੇ ਕੋਲ ਕੋਈ ਬਹੁਤੇ ਆਪਸ਼ਨਸ ਹੈ ਪੰਜਾਬ ਦੇ ਵਿੱਚ ਬਚਦੇ ਵਿਖਾਈ ਨਹੀਂ ਦੇ ਰਹੇ। ਕੈਪਟਨ ਅਮਰਿੰਦਰ ਸਿੰਘ ਨੂੰ ਲਾਂਬੇ ਕਰਕੇ ਨਵਜੋਤ ਸਿੰਘ ਸਿੱਧੂ ਜੇ ਹੁਣ ਖੁਦ ਵੀ ਲਾਂਬੇ ਹੋ ਜਾਂਦੇ ਨੇ ਤਾਂ ਕਾਂਗਰਸ ਦੀਆਂ ਜੜ੍ਹਾਂ ਦੇ ਵਿੱਚ ਕੁਝ ਖਾਸ ਬਲ, ਕੋਈ ਖਾਸ ਸਮਰੱਥਾ, ਕੋਈ ਖਾਸ ਤਾਕਤ ਵਿਖਾਈ ਨਹੀਂ ਦਿੰਦੀ। ਜੀ ਹਾਂ, ਜਿਸ ਢੰਗ ਦੇ ਨਾਲ ਸੀਐਮ ਨੂੰ ਵੀ ਸੁਪਰਸੀਡ ਕਰਕੇ, ਯਾਨੀ ਕਿ ਖੁਦ ਸੁਪਰ ਸੀਐਮ ਬਣ ਕੇ ਜਿਹੜੀਆਂ ਨਿਯੁਕਤੀਆਂ ਕਰਵਾਉਣ ਦੀ ਕੋਸ਼ਿਸ਼ ਕਰਦੇ ਵਿਖਾਈ ਦਿੱਤੇ ਸੀ ਨਵਜੋਤ ਸਿੰਘ ਸਿੱਧੂ, ਕਿਹਾ ਇਹੀ ਜਾ ਰਿਹਾ ਸੀ ਕਿ ਚੰਨੀ ਨੂੰ ਸਿਰਫ ਔਰ ਸਿਰਫ ਇੱਕ ਪਪੇਟ ਮੁੱਖ ਮੰਤਰੀ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਉਹਨਾਂ ਦੇ ਉੱਪਰ ਭਰੋਸਾ ਨਹੀਂ ਹੈ। ਅਜਿਹੇ 'ਚ ਨਵਜੋਤ ਸਿੰਘ ਸਿੱਧੂ ਹੁਣ ਖੁਦ ਜਦ ਲਾਂਬੇ ਹੋ ਗਏ ਨੇ ਤਾਂ ਪੰਜਾਬ ਕਾਂਗਰਸ ਦੇ ਵਿੱਚ ਹੋਰ ਜ਼ਿਆਦਾ ਨਿਗਾਰ ਆਉਂਦਾ ਵਿਖਾਈ ਦੇ ਰਿਹਾ। ਅਜੇ ਮੈਨੂੰ ਪਤਾ ਹੀ ਨਹੀਂ ਹੈ ਤੇ ਲੈਟ ਮੀ ਅਜੇ ਮੈਨੂੰ ਗੱਲ ਕਰਨ ਦੋ ਉਹਨਾਂ ਨਾਲ, ਅਜੇ ਮੈਨੂੰ ਪਤਾ ਨਹੀਂ ਹੈ। ਨਵਜੋਤ ਸਿੰਘ ਸਿੱਧੂ ਸਾਡੇ ਪ੍ਰਧਾਨ ਹੈ, ਅੱਛੇ ਲੀਡਰ ਹੈ। ਨਹੀਂ ਨਹੀਂ ਮੇਰੇ ਨਾਲ ਗੱਲ ਨਹੀਂ ਹੋਈ ਯਾਰ, ਸੈਟਲ ਹੋ ਜਾਏਗਾ। ਜੇ ਕੋਈ ਉਹਨੂੰ ਮੇਰੇ ਤੋਂ ਨਾਰਾਜ਼ਗੀ ਜਾਂ ਕਿਸੇ ਤੋਂ ਵੀ ਹੋਏਗੀ, ਮੇਰੇ ਤੋਂ ਤਾਂ ਖੈਰ ਹੈ ਨਹੀਂ। ਮੈਂ ਕਹਿੰਦਾ ਜੀ ਕੋਈ ਗੱਲ ਹੀ ਨਹੀਂ, ਅਜੇ ਮੈਨੂੰ ਪਤਾ ਤਾਂ ਲੱਗਣ ਦਿਓ। ਮੈਂ ਨਹੀਂ ਬਿਨਾਂ ਮਤਲਬ ਸਿੱਧੂ ਸਾਹਿਬ ਪਰ ਮੈਨੂੰ ਪੂਰਾ ਕੌਨਫੀਡੈਂਸ ਹੈ, ਪੂਰਾ ਵਿਸ਼ਵਾਸ, ਇਹਦਾ ਮਤਲਬ